ਸਾਹਿਤਕ ਅਦਾਰੇ ਕਵਿਤਾ ਕਥਾ ਕਾਰਵਾਂ ਵੱਲੋਂ ਸਥਾਨਕ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਵਣ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉੱਘੇ ਸ਼ਾਇਰ ਧਰਮਿੰਦਰ ਸ਼ਾਹਿਦ ਖੰਨਾ ਦੇ ਨਵ ਪ੍ਰਕਾਸ਼ਿਤ ਗਜ਼ਲ ਸੰਗ੍ਰਹਿ ਅਤਰਦਾਨੀ ਦੀ ਘੁੰਡ ਚੁਕਾਈ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਮਸ਼ਹੂਰ ਉਰਦੂ ਸ਼ਾਇਰ ਸਰਦਾਰ ਪੰਛੀ ਅਤੇ ਹਰਬੰਸ ਸਿੰਘ ਅਕਸ਼ ਨੇ ਕੀਤੀ, ਜਦਕਿ ਪ੍ਰੋਫੈਸਰ ਮੁਹੰਮਦ ਰਫੀ ਅਤੇ ਡਾਕਟਰ ਰੁਬੀਨਾ ਸ਼ਬਨਮ ਖਾਸ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ 'ਤੇ ਪ੍ਰਧਾਨ ਜਸਪ੍ਰੀਤ ਕੌਰ ਫਲਕ ਵੱਲੋਂ ਹਾਜ਼ਰ ਮਹਿਮਾਨਾਂ ਅਤੇ ਕਵੀਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਬਿਰਾਜਮਾਨ ਪਤਵੰਤਿਆਂ ਦਾ ਧੰਨਵਾਦ ਵੀ ਕੀਤਾ ਗਿਆ। ਪੰਜਾਬੀ ਭਵਨ ਲੁਧਿਆਣਾ ਵਿਖੇ ਅੱਜ ਕਵਿਤਾ ਕਥਾਕਾਰਾਂ ਵੱਲੋਂ ਪੰਜਾਬੀ ਦੇ ਉਰਦੂ ਦੇ ਜਾਣੇ ਮਾਨੇ ਸ਼ਾਇਰ ਧਰਮਿੰਦਰ ਸ਼ਾਹਿਦ ਦੀ 6ਵੀਂ ਕਿਤਾਬ 6ਵੇਂ ਗਜ਼ਲ ਸੰਗ੍ਰਹਿ ਅਤਰਦਾਨੀ ਦਾ ਜਿਹੜਾ ਰਿਲੀਜ਼ਿੰਗ ਸਮਾਗਮ ਹੋ ਰਿਹਾ ਹੈ ਉਹ ਚੱਲ ਰਿਹਾ ਹੈ ਔਰ ਉਹਦੇ ਵਿੱਚ ਮੈਂ ਸ਼ਾਮਿਲ ਹੋਣ ਵਾਸਤੇ ਆਈ ਹਾਂ ਔਰ ਇਹ ਕਿਤਾਬ ਹੈ ਜਿਹੜੀ ਧਰਮਿੰਦਰ ਸ਼ਾਹਿਦ ਦੀ। ਵਧਾਈ ਦੇ ਪਾਤਰ ਨੇ ਧਰਮਿੰਦਰ ਸ਼ਾਹਿਦ ਕਿ ਉਹਨਾਂ ਨੇ ਇੰਨੀ ਵਧੀਆ ਗਜ਼ਲ ਲਿਖੀ ਹੈ। ਇਸ ਕਿਤਾਬ ਦੇ ਵਿੱਚ ਗਜ਼ਲ ਦੇ ਵਿੱਚ ਜਿੱਥੇ ਤੱਕ ਪਿਆਰ ਮੁਹੱਬਤ ਦੇ ਕੋਮਲ ਭਾਵ ਨੇ ਉਹ ਵੀ ਮੌਜੂਦ ਨੇ ਔਰ ਜਿੱਥੇ ਵਿਅੰਗ ਅਤੇ ਕਟਾਕਸ਼ ਵੀ ਇਹਦੇ ਵਿੱਚ ਉਹਦੀਆਂ ਵੀ ਤਿੱਖੀਆਂ ਧਾਰਾਂ ਦੇਖਣ ਨੂੰ ਮਿਲਦੀਆਂ ਨੇ ਅਤੇ ਮੈਂ ਉਮੀਦ ਕਰਦੀ ਹਾਂ ਕਿ ਅਤਰਦਾਨੀ ਦਾ ਜਿਹੜਾ ਹੈ ਮਹਿਕ ਉਹ ਦੂਰ ਦੂਰ ਤੱਕ ਜਾਏਗੀ ਅਦਬੀ ਹਲਕਿਆਂ ਵਿੱਚ ਔਰ ਇਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਏਗਾ। ਮੇਰੀ ਇਹ ਕਾਮਨਾ ਵੀ ਹੈ ਔਰ ਮੇਰੀ ਦੁਆ ਵੀ। ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ, ਭਾਗਾਂ ਭਰਿਆ ਦਿਨ ਹੈ, ਖੁਸ਼ਨਸੀਬੀ ਹੈ ਮੇਰੀ ਕਿ ਇਸੇ ਸੰਸਥਾ ਕਵਿਤਾ ਕਥਾ ਕਾਰਵਾਂ ਦੇ ਜ਼ਰੀਏ ਦੇ ਨਾਲ, ਇਸ ਮਾਧਿਅਮ ਦੇ ਨਾਲ ਜੋ ਹੈ ਮੇਰੀ ਆਪਣੀ 6ਵੀਂ ਪੁਸਤਕ ਜੋ ਕਿ ਪੰਜਾਬੀ ਗਜ਼ਲ ਸੰਗ੍ਰਹਿ ਹੈ ਜਿਸਦਾ ਸਿਰਲੇਖ ਹੈ ਅਤਰਦਾਨੀ, ਅੱਜ ਉਸਦਾ ਲੋਕ ਅਰਪਣ ਸਮਾਗਮ ਹੋਣ ਜਾ ਰਿਹਾ ਹੈ। ਸਾਰੇ ਹੀ ਮੌਜੂਦ ਮਹਿਮਾਨ ਜੋ ਵੀ ਦੂਰੋਂ ਨੇੜਿਓਂ ਪਹੁੰਚੇ ਨੇ ਮੈਨੂੰ ਆਪਣਾ ਆਸ਼ੀਰਵਾਦ ਦੇਣ ਲਈ, ਆਪਣਾ ਪਿਆਰ, ਆਪਣਾ ਖਲੂਸ, ਆਪਣੀ ਮੁਹੱਬਤ ਜ਼ਾਹਰ ਕਰਨ ਲਈ ਪਹੁੰਚੇ ਨੇ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭਨਾਂ ਦਾ ਧੰਨਵਾਦ ਕਰਨਾ। ਜਾਗਰਤੀ ਲੈਣ ਲਈ ਲੁਧਿਆਣਾ ਤੋਂ ਪਰਮਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ।